ਕੁੰਡਮਾਂ ਨਾਲ ਭਰਿਆ ਸੀਵਰੇਜ ਲੋਕਾਂ ਦੀਆਂ ਹੋਦੀਆਂ ਹੋਈਆਂ ਜਾਂ ਨਹੀਂ ਹੋ ਰਿਹਾ ਗੰਦੇ ਪਾਣੀ ਦਾ ਨਿਕਾਸ ਪੀਜੀ 'ਚ ਰਹਿਣ ਵਾਲੇ ਕੁਆਰੇ ਮੁੰਡਿਆਂ 'ਤੇ ਲੱਗ ਰਹੇ ਇਲਜ਼ਾਮ ਲੁਧਿਆਣਾ ਤੋਂ ਸਾਹਮਣੇ ਆਇਆ ਇਹ ਅਨੋਖਾ ਮਾਮਲਾ ਸਾਰਾ ਮਹੱਲਾ ਤੁਹਾਡੇ ਸਾਹਮਣੇ ਆ ਦੇਖ ਰਹੇ ਹੋ ਮੈਂ ਇਹ ਪੁੱਛਣਾ ਚਾਹੁੰਦਾ ਪੀਜੀ ਦਾ ਕੀ ਮਤਲਬ ਹੈ ਪੀਜੀ ਦਾ ਮੈਨੂੰ ਮਤਲਬ ਸਮਝਾਓ ਕੀ ਹੁੰਦਾ ਪੇਇੰਗ ਗੈਸਟ ਅਤੇ ਇੱਥੇ ਉਹ ਦੂਜੇ ਕੰਮਾਂ ਵਾਲ ਥੋੜ੍ਹੀ ਪੇਇੰਗ ਗੈਸਟ ਹੁੰਦਾ ਆ ਸਾਰਾ ਮਹੱਲਾ ਗਵਾਇਆ ਕੈਮਰਾ ਘੁਮਾਓ ਚਾਰੇ ਪਾਸੇ ਪਤਾ ਲੱਗੇ ਸਾਰਾ ਮਹੱਲਾ ਖੜਾ ਆ ਵੀ ਹੁਣ ਜੇ ਕਹੋ ਕਿ ਸਾਰੇ ਜਣੇ ਸਾਈਨ ਕਰਦੇ ਸਾਈਨ ਕਰਕੇ ਵੀ ਅਸੀਂ ਕਰਾ ਸਕਦੇ ਹਾਂ ਹੁਣ ਇਹਦਾ ਮਤਲਬ ਇਹ ਹੈ ਕਿ ਆਪਾਂ ਹੁਣ ਇਕੱਠੇ ਹੋ ਕੇ ਹੁਣ ਇਹਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਸਾਡੇ ਕਿਤੇ ਨਹੀਂ ਇੱਥੇ ਹੀ ਇਹਨਾਂ ਦੇ ਲੱਗੇ ਹੋਏ ਇਹਨਾਂ ਦੇ ਲੱਗੇ ਹੋਏ ਤੁਸੀਂ ਕਿੱਦਾਂ ਯਕੀਨ ਨਾ ਕਹਿ ਸਕਦੇ ਵੀ ਇਹ ਗਲਤ ਕੰਮ ਹੁੰਦੇ ਆ ਹੈ ਸਾਰਾ ਮਹੱਲਾ ਪੁੱਛੋ ਇੱਥੇ ਬੈਠੇ ਧੁੱਪਾਂ ਦੀਆਂ ਮਾਤਾ ਜੀ ਇੱਥੇ ਬੈਠੇ ਹੁੰਦੇ ਆ ਆਉਂਦੀਆਂ ਜਾਂਦੀਆਂ ਸਭ ਦਿਖਦੀਆਂ ਇੱਥੇ ਤੁਸੀਂ ਇੱਥੇ 2 ਘੰਟੇ ਖੜ੍ਹੇ ਹੋ ਦੇਖੋ ਉਹਨੇ ਕੋਈ ਨਾ ਕੋਈ ਆਈ ਕੇ ਆਈ ਇਸ ਬਾਰੇ ਕੋਈ ਕੰਪਲੇਂਟ ਕੀਤੀ ਹੋਵੇ ਕੰਪਲੇਂਟ ਕੀ ਕਰੀਏ ਕੰਪਲੇਂਟ ਕਿਹਨੂੰ ਕਰੀਏ ਹੁਣ ਤੁਸੀਂ ਆਇਆ ਸਾਨੂੰ ਮੌਕਾ ਮਿਲ ਗਿਆ ਸਾਰੇ ਮਹੱਲੇ ਨੂੰ ਪੁਲਿਸ ਮੁਲਾਜ਼ਮ ਕੰਪਲੇਂਟ ਕੀਤੀ ਹੋਵੇ ਫਿਰ ਉਹੀ ਅਸੀਂ ਪੁਲਿਸ ਮੁਲਾਜ਼ਮ ਨੇ ਕਿਉਂ ਕਰਾਈਏ ਤੁਹਾਨੂੰ ਮਹੱਲਿਆਂ ਨੇ ਇਤਰਾਜ ਹੈਗਾ ਅਸੀਂ ਕਿਹੜਾ ਜੁੱਠੇਗਾ ਅਸੀਂ ਇਹ ਸੋਚਿਆ ਕਿ ਸਾਰਾ ਮਹੱਲਾ ਸਾਈਨ ਕਰਕੇ ਉੱਪਰ ਡੀ ਸੀ ਸਾਹਿਬ ਨੂੰ ਦੇ ਕੇ ਆਈਏ ਹਾਂ ਫਿਰ ਜਾਵਾਂਗੇ ਜੇ ਨਹੀਂ ਹੋਊਗਾ ਤਾਂ ਫਿਰ ਜਾਵਾਂਗੇ ਠੀਕ ਹੈ ਮਹੱਲਾ ਇਕੱਠਾ ਆਇਆ ਵੀ ਕਹਿੰਦੇ ਜਿਹੜੀ ਪੀਜੀ ਚੱਲ ਰਹੀ ਆ ਉੱਥੇ ਕੋਈ ਗਲਤ ਕੰਮ ਹੋ ਰਿਹਾ ਬਈ ਇਹਦੇ ਬਾਰੇ ਭਾਅ ਜੀ ਮੈਨੂੰ ਨਹੀਂ ਪਤਾ ਮੈਂ ਤਾਂ ਮੇਨ ਸੀਵਰੇਜ ਵਾਸਤੇ ਆਇਆ ਸੀ ਕੱਲ੍ਹ ਵੀ ਤੁਸੀਂ ਵਾਈਟ ਲਈ ਸੀ ਜਿਹੜਾ ਪਾਣੀ ਦਾ ਆਪਾਂ ਉਹਦਾ ਕਰਾਉਣਾ ਜੇ ਮਹੱਲੇਦਾਰ ਨੂੰ ਪ੍ਰੋਬਲਮ ਆ ਤਾਂ ਆਪਾਂ ਉਹਦਾ ਵੀ ਹੱਲ ਕਰਾ ਦਾਂਗੇ ਵੀ ਜੀ ਠੀਕ ਹੈ ਜੀ ਮਹੱਲਾ ਪੂਰਾ ਇਕੱਠਾ ਆ ਜਾਓ ਤੁਹਾਡੇ ਸਾਹਮਣੇ ਆ ਕੋਈ ਗੱਲ ਨਹੀਂ ਨਾਲ ਆ ਜੀ ਮਹੱਲੇ ਵਾਲਿਆਂ ਦੇ ਜਿੱਦਾਂ ਕਹਿਣਗੇ ਆਪਾਂ ਉੱਦਾਂ ਕਰ ਲਾਂਗੇ ਜਿਹਨਾਂ ਦੀ ਪ੍ਰੋਪਰਟੀ ਆ ਉਹ ਕਹਿੰਦੇ ਅਸੀਂ ਰੈਂਟ ਦਿੱਤੀ ਆ ਕੋਈ ਗੱਲ ਨਹੀਂ ਭਰਾਈ ਨੇ ਜੀ ਆਪਣੇ ਇਹ ਵੀ ਕੋਈ ਗੱਲ ਨਹੀਂ ਜਿੱਦਾਂ ਅਸੀਂ ਕਹਿਣਗੇ ਆਪਾਂ ਨਾਲ ਆ ਸਾਰੇ ਜਣੇ ਮਹੱਲੇ ਵਾਲਿਆਂ ਨਾਲ ਆ ਸੀ ਕੋਈ ਚੱਕਰ ਨਹੀਂ ਜੀ ਇਹੋ ਜਿਹੇ ਠੀਕ ਹੈ ਜੀ ਕਿਉਂਕਿ ਮਹੱਲੇ ਜੋ ਕੋਈ ਗਲਤ ਕੰਮ ਹੁੰਦਾ ਤੁਸੀਂ ਨਹੀਂ ਨਹੀਂ ਜ਼ਰੂਰ ਨਾਲ ਖੜੇ ਜੀ ਮਹੱਲੇ ਵਾਲੇ ਦੇ ਕੋਈ ਇਹੋ ਜਿਹਾ ਚੱਕਰ ਨਹੀਂ ਜੀ ਕੱਚੇ ਆ ਵੀ ਗੰਦੇ ਕੰਮ ਹੁੰਦੇ ਆ ਕੁੜੀਆਂ ਛੋਟੀਆਂ ਛੋਟੀ ਉਮਰ ਦੀਆਂ ਆਉਂਦੀਆਂ ਆ ਆ ਸੀਵਰੇਜ ਪੂਰਾ ਨਰੋਧਾਂ ਦੇ ਨਾਲ ਭਰਿਆ ਪਿਆ ਭੈਣਾਂ ਖੜੀਆਂ ਪਰ ਬੋਲਦੇ ਨਹੀਂ ਚੰਗਾ ਲੱਗਦਾ ਪਰ ਕਹਿਣਾ ਪੈਂਦਾ ਇਹ ਸਾਰਾ ਸੀਵਰੇਜ ਭਰਿਆ ਪਿਆ ਆ ਇਹ ਮਾਲਕਾਂ ਨੂੰ ਬੁਲਾਇਆ ਉਹਨਾਂ ਨੇ ਵੀ ਮੌਕੇ ਦੇ ਉੱਤੇ ਵੇਖਿਆ ਆ ਅਤੇ ਬਾਕੀ ਇਹ ਵੇਖੋ ਸਾਡਾ ਬਜ਼ੁਰਗਾਂ ਮਾਤਾ ਜਿਹੜੀਆਂ ਨਾ ਕੋਈ ਗਲੀ ਵਿੱਚ ਬਹਿਣ ਜੋਗੀ ਆ ਨਾ ਕੋਈ ਖਲੋਣ ਜੋਗੀ ਆ ਬੱਚੇ ਆ ਛੋਟੀ ਛੋਟੀ ਉਮਰ ਦੇ ਉਹਨਾਂ ਨੂੰ ਵੀ ਅੰਦਰ ਵੜ ਕੇ ਰੱਖਦੇ ਵੀ ਬਾਹਰ ਨਹੀਂ ਨਿਕਲਣਾ ਮਾਹੌਲ ਖਰਾਬ ਚੱਲਦਾ ਪਿਆ ਹੋਰ ਤੁਸੀਂ ਜਿਹੜੇ ਮਾਲਕਾਂ ਨੂੰ ਕੰਪਲੇਂਟ ਕੀਤੀ ਤੁਸੀਂ ਮਾਲਕਾਂ ਨੂੰ ਕੰਪਲੇਂਟ ਕੀਤੀ ਹੈ ਜੀ ਅੱਛਾ ਜੀ ਹਾਂਜੀ ਕੀ ਕਹਿੰਦੇ ਮਾਲਕਾਂ ਹਜੇ ਕੁਝ ਦੱਸਿਆ ਨਹੀਂ ਜੀ ਉਹ ਆਪਣੀ ਗੱਲਬਾਤ ਕਰ ਰਹੇ ਨੇ ਬਾਕੀ ਉਹਨਾਂ ਨੂੰ ਪੁੱਛੋ ਮਾਲਕਾਂ ਨੂੰ ਕੀ ਹੈ ਜੀ ਮਹੱਲਿਆਂ ਨੂੰ ਇਤਰਾਜ਼ ਆ ਪੂਰਾ ਹਾਂਜੀ ਹਾਂਜੀ ਪੂਰਾ ਇਤਰਾਜ਼ ਆ ਖਰੇ ਇਤਰਾਜ਼ ਵਾਸਤੇ ਖੜੇ ਆ ਜੀ ਹਾਂਜੀ ਪਤਾ ਹੀ ਕੀ ਕਹਿੰਦੇ ਇਤਰਾਜ਼ ਜੀ ਇਹ ਸਭ ਨੂੰ ਇਤਰਾਜ਼ ਆ ਛੋਟੇ ਛੋਟੇ ਬੱਚੇ ਆਉਂਦੇ ਆ ਕੁੜੀਆਂ ਆਉਂਦੀਆਂ ਸਭ ਅੱਛਾ ਜੀ ਸਰਿਆਮ ਜੀ ਕੋਈ ਰੋਕ ਟੋਕ ਨਹੀਂ ਆਉਂਦੀਆਂ ਨੇ ਹੋਰ ਕੀ ਉਸ ਤੋਂ ਪਹਿਲਾਂ ਵੀ ਤੁਸੀਂ ਕੋਈ ਕੰਪਲੇਂਟ ਕੀਤੀ ਪਹਿਲਾਂ ਨਹੀਂ ਅਸੀਂ ਕੰਪਲੇਂਟ ਤਾਂ ਬਤੇਰੇ ਕਰਦੇ ਸੀਗੇ ਕੋਈ ਸੁਣਦਾ ਹੀ ਨਹੀਂ ਹੈਗਾ ਅੱਛਾ ਜੀ ਜੇ ਸੁਣੇ ਤਾਂ ਕੋਈ ਆਵੇ ਵੀ ਕੋਈ ਆਂਦਾ ਹੀ ਨਹੀਂ ਇੱਥੇ ਅੱਛਾ ਕੋਈ ਨਹੀਂ ਆਂਦਾ ਜਾਂਦਾ ਕੋਈ ਨਹੀਂ ਆਂਦਾ ਪੁਲਿਸ ਕੰਪਲੇਂਟ ਕੀਤੀ ਸੀ ਕਿ 7 ਨੰਬਰ ਵਾਲੇ ਬੰਦੇ ਬਤੇਰੇ ਆਂਦੇ ਕੋਈ ਆਂਦਾ ਹੀ ਨਹੀਂ ਫਿਰ ਵਾਪਸੀ ਮੁੜ ਜਾਂਦੇ ਅੰਦਰ ਵੜਦੇ ਬਾਹਰ ਨਿਕਲ ਜਾਂਦੇ ਚਲੇ ਜਾਂਦੇ ਨੇ ਬਸ ਹਾਂਜੀ ਪੈਸੇ ਲੈ ਕੇ ਚਲੇ ਜਾਂਦੇ ਉਹਨਾਂ ਨੂੰ ਕੀ ਫਿਕਰ ਹੈ ਹਾਂਜੀ ਕੌਣ ਗਲਾ ਕੱਢਦਾ ਜੀ ਸਾਰੇ ਇੱਥੇ ਪੀਜੀ ਵਾਲੇ ਰਾਤ ਦਾਰੂ ਪੀ ਕੇ ਹੁੱਲੜਬਾਜੀ ਕਰਦੇ ਨੇ 12 1 ਵਜੇ ਤੱਕ ਕਰਦੇ ਰਹਿੰਦੇ ਨੇ ਅਸੀਂ ਇਹਨੂੰ ਟੋਕਦੇ ਆ ਫਿਰ ਵੀ ਕੋਈ ਗੱਲ ਨਹੀਂ ਆਪਾਂ ਮੱਲੇ ਆ ਕੇ ਕੋਈ ਬੋਲਦਾ ਨਹੀਂ ਹੁਣ ਸਾਰੇ ਇਕੱਠੇ ਹੋਏ ਆ ਅਸੀਂ ਪਹਿਲਾਂ ਵੀ ਕੰਪਲੇਂਟ ਕੀਤੀ ਆ ਪਰ ਇਹਨਾਂ ਦਾ ਕੋਈ ਅਸਰ ਨਹੀਂ ਹੋ ਰਿਹਾ ਇਹਨੂੰ ਜਲਦੀ ਜਲਦੀ ਕੋਈ ਹੱਲ ਕਿੱਥੇ ਜਾਵੇ ਭਾਜੀ ਮੈਂ ਇਹੀ ਕਹਿ ਰਿਹਾ ਕਿਉਂਕਿ ਪਹਿਲਾਂ ਵੀ ਗਿਆ ਵਾ ਇਹਨਾਂ ਨੂੰ ਵੀ ਕਹਿ ਕਹਿੰਦੇ ਅਸੀਂ ਤਾਂ ਜੀ ਕੰਮ ਕਰਦੇ ਹਾਂ ਹਾਂਜੀ ਉਹ ਕਹਿੰਦੇ ਅਸੀਂ ਕੁਛ ਨਹੀਂ ਕਰ ਸਕਦੇ ਪਰ ਭਾਜੀ ਹੁਣ ਤੁਹਾਨੂੰ ਵੀ ਪਤਾ ਵਾ ਅੱਜ ਕੱਲ੍ਹ ਬੋਲਿਆ ਵੀ ਨਹੀਂ ਜਾ ਸਕਦਾ ਇੱਦਾਂ ਕਿਉਂਕਿ ਦੁਸ਼ਮਣੀ ਆ ਤੁਹਾਨੂੰ ਪਤਾ ਅੱਜ ਕੱਲ੍ਹ ਕਿੰਨਾ ਮਾਹੌਲ ਖਰਾਬ ਚੱਲ ਰਿਹਾ ਨਾ ਮੇਰਾ ਕਹਿਣ ਦਾ ਮਤਲਬ ਭਾਜੀ ਇਹਦਾ ਹੱਲ ਕਰਾਓ ਕਿਸੇ ਨਾ ਕਿਸੇ ਤਰੀਕੇ ਕਿਉਂਕਿ ਅੱਜ ਮਹੱਲਾ ਪੂਰਾ ਪਰੇਸ਼ਾਨ ਹੋਇਆ ਅੱਜ ਪਹਿਲਾਂ ਅਸੀਂ ਇਕੱਲੇ ਪਰੇਸ਼ਾਨ ਸੀਗੇ ਘਰ ਦੇ ਆਹਮਣੇ ਸਾਹਮਣੇ ਹੁਣ ਪੂਰਾ ਮਹੱਲਾ ਪਰੇਸ਼ਾਨ ਆ ਭਾਜੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਜਿਹੜੀ ਅਸੀਂ ਖਬਰੇ ਹੁਣ ਲਵਾ ਰਹੇ ਹਾਂ ਇਹਦੇ ਉੱਤੇ ਕੱਲ੍ਹ ਨੂੰ ਸਾਨੂੰ ਕਿਸੇ ਕੱਲ੍ਹ ਦੀ ਕੋਈ ਧਮਕੀ ਆਉਂਦੀ ਹੈ ਸਾਨੂੰ ਕੋਈ ਮਾਰਨਾ ਆਉਂਦਾ ਘਰੇ ਇਹਨਾਂ ਤੋਂ ਸਾਨੂੰ ਖਤਰਾ ਆ ਰਹੀ ਹੈ ਤੁਸੀਂ ਤਾਂ ਸਹੀ ਬੰਦਾ ਤੁਹਾਨੂੂੰ ਕਿਉਂ ਧਮਕਾਓਗੇ ਵੇਖੋ ਜੇ ਕਿਸੇ ਚੰਗੇ ਬੰਦੇ ਨਾਲ ਪੰਗਾ ਲਵਾਂਗੇ ਤਾਂ ਕੋਈ ਮਾਰਨ ਵਾਸਤੇ ਵੀ ਆਊਗਾ ਕੋਈ ਗਾਲਾਂ ਕੱਢਣ ਵੀ ਆਊਗਾ ਕੋਈ ਧਮਕੀ ਵੀ ਦੇਣ ਆਊਗਾ ਤੁਸੀਂ ਮਾੜਾ ਕੰਮ ਕਰੋ ਤਾਂ ਤੁਹਾਨੂੰ ਧਮਕੀ ਪਾਊਗਾ ਮਾੜਾ ਤਾਂ ਹੁਣ ਮਹੱਲੇ ਦਾ ਸੁਭਾਅ ਵਾਸਤੇ ਕੰਮ ਕਰੋ ਜਦੋਂ ਅਗਲੇ ਦਾ ਕੰਮ ਹੀ ਬੰਦ ਹੋ ਜੂਗਾ ਤਾਂ ਅਸੀਂ ਮਾੜਾ ਹੀ ਕਰਾਂਗੇ ਅਸੀਂ ਹੋਰ ਕੁਛ ਨਹੀਂ ਚਾਹੁੰਦੇ ਸਿਰਫ ਇਹ ਕੰਮ ਇੱਥੋਂ ਬੰਦ ਹੋ ਜਾਵੇ ਜਿਹੜੇ ਮਾਲਕਾਂ ਦਾ ਹੈਗਾ ਚਾਹੇ ਉਹ ਆਪ ਆ ਕੇ ਰਹਿਣ ਇਹ ਪੀਜੀ ਤੁਹਾਨੂੰ ਪਤਾ ਨਹੀਂ ਜੀ ਉੱਥੇ ਬੋਰਡ ਲਿਖਿਆ ਪਿਆ ਇਸ ਨਾਂ ਦਾ ਜੀ ਮਾਲਕਾਂ ਦੇ ਨਾਂ ਦਾ ਤਾਂ ਸਾਨੂੰ ਵੀ ਨਹੀਂ ਪਤਾ ਕੀ ਨਾਂ ਦਾ ਆ ਇਹ ਰੈਂਟ ਦੇ ਪੀਜੀ ਇਹ ਪਤਾ ਨਹੀਂ ਜੀ ਉਹਨਾਂ ਨੂੰ ਪਤਾ ਜਿਹੜੇ ਵਿੱਚ ਬੈਠੇ ਆ